ਦੱਸ ਦਿਓ ਕਿ ਮੋਹਾਲੀ ਦੇ ਹੋਮਲੈਂਡ ਸੁਸਾਇਟੀ ਦੇ ਵਿੱਚ ਫਾਇਰਿੰਗ ਮਾਮਲੇ ਦੇ ਵਿੱਚ ਹੁਣ ਸੀਸੀਟੀਵੀ ਫੁਟੇਜ ਆ ਗਈ ਹੈ। ਤਾਂ ਦੱਸ ਦਿਓ ਕਿ ਵੱਡੀ ਖਬਰ ਹੈ ਜਿੱਥੇ ਇਹ ਸੀਸੀਟੀਵੀ ਫੁਟੇਜ ਸਿਰਫ ਨਿਊਜ਼ 18 ਕੋਲ ਹੀ ਮੌਜੂਦ ਹੈ। ਤਾਂ ਇਸ ਦੇ ਵਿੱਚ ਸਾਫ ਤਰੀਕੇ ਨਾਲ ਵੇਖਿਆ ਜਾ ਸਕਦਾ ਕਿ ਕਿਵੇਂ ਇਹ ਨੌਜਵਾਨ ਆਪਸ ਦੇ ਵਿੱਚ ਲੜਦੇ ਨਜ਼ਰ ਆ ਰਹੇ ਨੇ, ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਫਾਇਰਿੰਗ ਹੋ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਹੋਮਲੈਂਡ ਸੁਸਾਇਟੀ ਦੇ ਵਿੱਚ ਦੇਰ ਰਾਤ ਲਗਭਗ 2 ਵਜੇ ਇੱਕ ਮਿਊਜ਼ਿਕ ਕੰਪਨੀ ਦੇ ਮਾਲਿਕ ਨੂੰ ਜਾਨ ਤੋਂ ਮਾਰਨ ਦੇ ਲਈ ਹਮਲਾਵਰ ਉੱਥੇ ਆਉਂਦੇ ਨੇ, ਤੇ ਇਹਨਾਂ ਦੇ ਵਿੱਚੋਂ ਕਰੀਬ ਅੱਧਾ ਦਰਜਨ ਜਿਹੜੇ ਹਮਲਾਵਰ ਸੀ ਉਹਨਾਂ ਦੀ ਪਹਿਚਾਣ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ। ਤਾਂ ਪੁਲਿਸ ਹੁਣ ਉਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਜੁਟ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਕੁੱਲ ਹਮਲਾਵਰਾਂ ਦੀ ਸੰਖਿਆ 15 ਤੋਂ 20 ਦੱਸੀ ਜਾ ਰਹੀ ਹੈ। ਤਾਂ ਹੁਣ ਇਸ ਸੰਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿੱਥੇ ਇਹ ਨੌਜਵਾਨ ਕਈ ਸੰਖਿਆ ਦੇ ਵਿੱਚ ਇਕੱਠੇ ਹੁੰਦੇ ਨੇ, ਤਾਂ ਮੌਕੇ 'ਤੇ ਇਹਨਾਂ ਦੀ ਆਪਸ ਦੇ ਵਿੱਚ ਝੜਪ ਹੋ ਜਾਂਦੀ ਹੈ। ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ, ਸੀਸੀਟੀਵੀ ਫੁਟੇਜ ਇਸ ਦੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਮੌਕੇ 'ਤੇ ਗੋਲੀਆਂ ਚੱਲ ਪੈਂਦੀਆਂ ਨੇ ਅਤੇ ਫਿਰ ਇਹਨਾਂ ਨੂੰ ਭਾਜੜਾ ਪੈ ਜਾਂਦੀਆਂ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਹਮਲਾ ਸੀ ਜਿਹੜਾ ਇੱਕ ਮਿਊਜ਼ਿਕ ਕੰਪਨੀ ਦੇ ਮਾਲਿਕ 'ਤੇ ਹੋਇਆ ਸੀ, ਉਹਨਾਂ ਨੂੰ ਜਾਨ ਤੋਂ ਮਾਰਨ ਦੇ ਲਈ ਆਏ ਸੀ, ਪਰ ਮੌਕੇ 'ਤੇ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ, ਗੋਲੀਆਂ ਚੱਲ ਜਾਂਦੀਆਂ ਨੇ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਹੁਣ ਪੁਲਿਸ ਦੇ ਵੱਲੋਂ ਇਸ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ, ਜਿਸ ਦੇ ਵਿੱਚ ਇਹਨਾਂ ਦੇ ਵਿੱਚੋਂ ਕਰੀਬ ਅੱਧਾ ਦਰਜਨ ਜਿਹੜੇ ਹਮਲਾਵਰ ਨੇ ਉਹਨਾਂ ਦੀ ਪਹਿਚਾਣ ਹੋ ਚੁੱਕੀ ਹੈ, ਅਤੇ ਹੁਣ ਪੁਲਿਸ ਇਹਨਾਂ ਦੀ ਭਾਲ ਦੇ ਵਿੱਚ ਜੁਟ ਗਈ ਹੈ।